ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ 6ਵੇਂ ਪੇ ਕਮਿਸ਼ਨ ਖਿਲਾਫ ਮੁਲਾਜ਼ਮਾਂ ਦਾ ਗੁੱਸਾ ਫੁੱਟ ਚੁੱਕਿਆ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਮਿਸ਼ਨ ਵਿੱਚ ਬਹੁਤ ਸਾਰੀਆਂ ਉਣਤਾਈਆਂ ਪਾਈਆਂ ਗਈਆਂ ਨੇ, ਜਿਸ ਕਾਰਨ ਮੁਲਾਜ਼ਮਾਂ ਨੂੰ ਕਿਸੇ ਤਰ੍ਹਾਂ ਦਾ ਵਿੱਤੀ ਲਾਭ ਹੁੰਦਾ ਨਹੀਂ ਦਿਖਾਈ ਦੇ ਰਿਹਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ DA ਦੀਆਂ ਕਿਸ਼ਤਾਂ ਵੀ ਜਾਰੀ ਨਹੀਂ ਕੀਤੀਆਂ ਗਈਆਂ ਤੇ ਨਾ ਹੀ ਇਸ ਬਾਰੇ ਕੋਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਪੰਜਾਬ ਸਰਕਾਰ ਵੱਲੋਂ ਜਥੇਬੰਦੀ ਨਾਲ ਪਹਿਲਾਂ ਕੀਤੀਆਂ ਗਈਆਂ ਮੀਟਿੰਗਾਂ ਵਿੱਚ ਜੋ ਮੰਗਾਂ ਮੰਨੀਆਂ ਜਾ ਚੁੱਕੀਆਂ ਨੇ ਉਹਨਾਂ ਦੀਆਂ ਨੋਟੀਫਿਕੇਸ਼ਨਾਂ ਵੀ ਸਰਕਾਰ ਵੱਲੋਂ ਕਾਫੀ ਸਮਾਂ ਬੀਤ ਜਾਣ ਉਪਰੰਤ ਵੀ ਜਾਰੀ ਨਹੀਂ ਕੀਤੀਆਂ ਗਈਆਂ। ਹੁਣ ਸਰਕਾਰ ਵੱਲੋਂ ਟਾਲ ਮਟੋਲ ਦੀ ਨੀਤੀ ਬਣਾਉਂਦਿਆਂ ਕੈਬਨਿਟ ਮੰਤਰੀਆਂ ਦੀ 4 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਕਰੇਗੀ। ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਲਏ ਗਏ ਫੈਸਲੇ ਨੂੰ ਅਮਲੀ ਜਾਮਾ ਪਾਉਂਦਿਆਂ ਸਮੂਹ ਮਿਨਿਸਟਰੀਅਲ ਕਰਮਚਾਰੀਆਂ ਵੱਲੋਂ ਲਗਾਤਾਰ ਦਫ਼ਤਰਾਂ ਦਾ ਕੰਮਕਾਜ ਬੰਦ ਕਰਕੇ ਕਲਮ ਛੱਡ ਹੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਟਿਆਲਾ ਯੂਨਿਟ ਦੇ ਅਹੁਦੇਦਾਰਾਂ ਵੱਲੋਂ PPSC ਦਫ਼ਤਰ ਦੀ ਮਿਨਿਸਟਰੀਅਲ ਕਰਮਚਾਰੀਆਂ ਦੀ ਚੋਣ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਮਰ ਬਹਾਦੁਰ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਵੱਲੋਂ ਜ਼ਿਲ੍ਹਾ ਪਟਿਆਲਾ ਦੀ ਟੀਮ ਨਾਲ ਵੱਖੋ ਵੱਖ ਦਫ਼ਤਰਾਂ ਵਿੱਚ ਜਾ ਕੇ ਗੇਟ ਰੈਲੀਆਂ ਕੀਤੀਆਂ ਗਈਆਂ ਤੇ ਮੁਲਾਜ਼ਮਾਂ ਨੂੰ ਅਪੀਲ ਵੀ ਕੀਤੀ ਗਈ ਕਿ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਨੂੰ ਜ਼ਿਲ੍ਹੇ 'ਚ ਇਨ ਬਿਨ ਲਾਗੂ ਕੀਤਾ ਜਾਏ। ਸੂਬਾ ਜਨਰਲ ਸਕੱਤਰ ਪੰਜਾਬ ਵਾਟਰ ਸੋਰਸਿਸ ਕਲੈਰੀਕਲ ਯੂਨੀਅਨ ਅਤੇ ਮੁੱਖ ਸਲਾਹਕਾਰ ਪੰਜਾਬ ਸਟੇਟ ਮਿਨਿਸਟਰੀ ਸਰਵਿਸ ਯੂਨੀਅਨ, ਅਸੀਂ ਪੰਜਾਬ ਪੱਧਰ 'ਤੇ ਸਮੁੱਚੇ ਮੁਲਾਜ਼ਮਾਂ ਵੱਲੋਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਸੜਕਾਂ 'ਤੇ ਉਤਰੇ ਹੋਏ ਹਾਂ। ਤੁਸੀਂ ਦੇਖਿਆ ਹੋਊਗਾ ਪੰਜਾਬ ਸਰਕਾਰ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਨੇ, ਅੱਜ ਇਕੱਲਾ ਮੁਲਾਜ਼ਮ ਵਰਗੇ ਨਹੀਂ ਹਰ ਵਰਗੇ ਤੋਂ ਦੁਖੀ ਹੈ, ਕਿਉਂਕਿ ਇਹ ਸਰਕਾਰ ਦਾ ਖਜ਼ਾਨਾ ਲੁੱਟ ਲੁੱਟ ਕੇ ਖਾ ਰਹੇ ਨੇ। ਚਾਹੇ ਟਰਾਂਸਪੋਰਟ ਦੀ ਗੱਲ ਕਰ ਲਓ, ਚਾਹੇ ਐਕਸਾਈਜ਼ ਦੀ ਗੱਲ ਕਰ ਲਓ, ਚਾਹੇ ਮਾਈਨਿੰਗ ਦੀ ਗੱਲ ਕਰ ਲਓ, ਇਹ ਘਾਟੇ 'ਚ ਦਿਖਾ ਕੇ ਜਦੋਂ ਮੁਲਾਜ਼ਮ ਕੋਈ ਮੰਗਾਂ ਮੰਨਦੇ ਨੇ ਕਹਿੰਦੇ ਨੇ ਖਜ਼ਾਨਾ ਖਾਲੀ ਹੈ, ਆਪਦੇ ਵਾਸਤੇ ਇਹਨਾਂ ਨੂੰ ਕੋਈ ਖਾਲੀ ਨਹੀਂ। ਇਹ ਜਿਹੜੇ ਮੰਤਰੀ ਨੇ, MLA ਨੇ 8-8 ਪੈਨਸ਼ਨਾਂ ਲੈਂਦੇ ਨੇ, ਸਾਡੇ ਕਰਮਚਾਰੀ ਜਿਹੜੇ 1-4 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਦੀ ਇਹਨਾਂ ਨੇ ਪੈਨਸ਼ਨ ਬੰਦ ਕਰਤੀ। ਸਾਡੀ ਮੁੱਖ ਮੰਗ ਹੈ ਵੀ ਇਹਨਾਂ ਕਰਮਚਾਰੀਆਂ ਦੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਜਿਹੜਾ ਪੇ ਕਮਿਸ਼ਨ ਹੈ ਉਹਨੂੰ ਸੋਧ ਕੇ ਮੁਲਾਜ਼ਮਾਂ ਦੇ ਮੁਤਾਬਕ ਲਾਗੂ ਕੀਤਾ ਜਾਵੇ, ਸਾਡੀਆਂ ਬਕਾਇਆ DA ਦੀਆਂ ਕਿਸ਼ਤਾਂ ਦਿੱਤੀਆਂ ਜਾਣ, DA ਦਾ ਬਕਾਇਆ ਸਾਡਾ ਸਾਨੂੰ ਦਿੱਤਾ ਜਾਵੇ, ਮੈਡੀਕਲ ਦੇ ਵਿੱਚ ਵਾਧਾ ਕੀਤਾ ਜਾਵੇ। ਸਾਡੀਆਂ ਇਹ ਮੁੱਖ ਮੰਗਾਂ ਨੇ। ਆਉਣ ਵਾਲੀ 22 ਦੇ ਇਲੈਕਸ਼ਨ, ਜਿਵੇਂ ਪ੍ਰਧਾਨ ਜੀ ਨੇ ਦੱਸਿਆ, ਜੇ ਕੈਪਟਨ ਸਰਕਾਰ ਨੇ ਸਾਡੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਇਹਨਾਂ ਦੇ ਖਿਲਾਫ਼ ਅਸੀਂ ਸਾਡੇ ਸੇਵਾ ਨਿਵਿਰਤ ਕਰਮਚਾਰੀ ਖੜ੍ਹੇ ਕਰਕੇ ਅਸੀਂ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਦਾਂਗੇ। ਆਉਣ ਵਾਲੀ 22 ਦੇ ਵਿੱਚ ਇੱਕ ਮੁਲਾਜ਼ਮ ਅਤੇ ਪੈਨਸ਼ਨਰ ਧਿਰ ਬਣ ਕੇ ਉੱਭਰਨਗੇ। ਬਿਲਕੁਲ 100% ਕੰਮ ਬੰਦ ਹੈ। ਅਸੀਂ ਆਮ ਲੋਕਾਂ ਤੋਂ ਮਾਫ਼ੀ ਮੰਗਦੇ ਹਾਂ ਇਸ ਗੱਲ ਦੀ ਵੀ ਸਾਨੂੰ ਕੋਈ ਹੜਤਾਲਾਂ ਕਰਨ ਦਾ ਸ਼ੌਕ ਨਹੀਂ ਹੈਗਾ। ਇਹ ਜਿਹੜਾ ਕਲੈਰੀਕਲ ਕੰਮ ਹੈ, ਇਹ ਦਫ਼ਤਰਾਂ ਦੇ ਵਿੱਚ ਕੁਰਸੀਆਂ 'ਤੇ ਬੈਠ ਕੇ ਕੰਮ ਕਰਨ ਵਾਲਾ ਕੰਮ ਹੈ, ਪਰ ਸਰਕਾਰ ਨੇ ਸੜਕਾਂ 'ਤੇ ਰੁਲਣ ਵਾਸਤੇ ਮਜਬੂਰ ਕਰਤਾ। ਅੱਜ ਸਮੁੱਚਾ ਕੰਮ ਬੰਦ ਹੋਇਆ ਪਿਆ, ਕਿਸੇ ਕਰਮਚਾਰੀ ਦੀ ਕਿਸੇ ਮੈਡੀਕਲ ਨਹੀਂ ਹੋ ਰਿਹਾ, ਕਿਸੇ ਦੀ ਕੋਈ ਰਜਿਸਟਰੀ ਨਹੀਂ ਹੋ ਰਹੀ, ਕੋਈ ਦਫ਼ਤਰਾਂ ਦੇ ਵਿੱਚ ਬਹੁਤ ਜ਼ਰੂਰੀ ਜਿਹੜੇ ਕੰਮ ਨੇ ਸਾਰੇ ਬੰਦ ਕੀਤੇ ਹੋਏ ਨੇ। ਅਸੀਂ ਮਜਬੂਰ ਹਾਂ, ਸਾਨੂੰ ਕੋਈ ਸ਼ੌਕ ਨਹੀਂ ਹੈਗਾ ਕੰਮ ਬੰਦ ਕਰਨ ਦਾ, ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਨਤੀਜਾ। ਮੇਰਾ ਨਾਮ ਖੁਸ਼ਵਿੰਦਰ ਕਪਲਾ, ਸੂਬਾ ਪ੍ਰਧਾਨ ਕਿਸੇ ਮਿਨਿਸਟਰ ਸਟਾਫ ਕਨਵੀਨਰ ਸਾਂਝਾ ਮੁਲਾਜ਼ਮਾਂ 'ਚ ਸਾਡੀਆਂ ਮੰਗਾਂ ਸਾਰੀਆਂ ਪੰਜਾਬ ਦੀਆਂ ਸਾਂਝੀਆਂ ਨੇ ਸਾਰੇ ਡਿਪਾਰਟਮੈਂਟਾਂ ਦੀਆਂ। ਅੱਜ ਪੰਜਾਬ ਸਰਕਾਰ ਨੇ ਜਿਹੜਾ ਪੇ ਕਮਿਸ਼ਨ ਪਿਛਲੇ ਅਸੀਂ 5.5 ਸਾਲ ਤੋਂ ਉਡੀਕ ਰਹੇ ਸੀ ਵੀ ਸਰਕਾਰ ਸਾਨੂੰ ਬੈਨੀਫਿਟ ਦੇਵੇਗੀ, ਜਿਵੇਂ ਕਿ ਸੈਂਟਰ ਨੂੰ ਦਿੱਤਾ ਗਿਆ ਸੀਗਾ, ਅਤੇ ਉਹਨੂੰ ਉਡੀਕਦੇ ਉਡੀਕਦੇ 5.5 ਸਾਲ ਬਾਅਦ ਅੱਜ ਜੇ ਸਰਕਾਰ ਨੇ ਕੁਛ 4.5 ਸਾਲ ਬਾਅਦ ਦਿੱਤਾ ਹੈ ਤਾਂ ਉਹਦੇ ਵਿੱਚ ਬਹੁਤਾ ਕੁਛ ਖੋਇਆ ਗਿਆ। ਅਤੇ ਇਹਦੇ ਖਿਲਾਫ਼ ਅਸੀਂ ਪੰਜਾਬ ਦੇ ਵਿੱਚ ਜਿਹੜੀ ਪੈਂਡਾਊਨ ਸਟ੍ਰਾਈਕ 22 ਤੋਂ ਸ਼ੁਰੂ ਕਰੀ ਸੀਗੀ, ਅੱਜ ਉਹਦਾ 8ਵਾਂ ਦਿਨ ਹੈ ਅਤੇ ਸਾਰੇ ਪੰਜਾਬ 'ਚ ਅਸੀਂ ਇਹ ਜਿਹੜੀ ਹੜਤਾਲ ਕਰ ਰਹੇ ਹਾਂ। ਮੇਨ ਮੰਗ ਪੇ ਕਮਿਸ਼ਨ ਦੀ ਹੈ, DA ਦੀਆਂ ਕਿਸ਼ਤਾਂ ਸਾਡੀਆਂ ਪਿਛਲੀਆਂ ਰੋਕੀ ਬੈਠੇ ਨੇ 5 DA ਦੀਆਂ ਕਿਸ਼ਤਾਂ ਦੀ ਬਕਾਏ ਦੀ, ਨਾਲੇ ਉਹਦੇ ਬਕਾਏ ਨਹੀਂ ਜਾਰੀ ਕੀਤੇ ਗਏ, ਉਹਦੀ ਮੰਗ ਹੈ। ਭੱਤੇ ਘਟਾ ਤੇ ਪੇ ਕਮਿਸ਼ਨ ਨੇ, ਉਹਦੀ ਮੰਗ ਹੈ ਵੀ ਭੱਤੇ ਵਧਾ, ਜਿਵੇਂ ਹਾਊਸ ਰੈਂਟ ਘਟਾ ਦਿੱਤਾ ਗਿਆ, ਕਈ ਭੱਤੇ ਕੱਟੇ ਦਿੱਤੇ ਗਏ ਨੇ, ਮੈਡੀਕਲ ਨਹੀਂ ਵਧਾਇਆ ਗਿਆ, ਇਸ ਤਰ੍ਹਾਂ ਹੀ ਸੈਕਟਰੀਏਟ ਅਲਾਊਂਸ ਖਤਮ ਕਰ ਦਿੱਤਾ ਗਿਆ ਅਤੇ ਪੇਂਡੂ ਭੱਤਾ ਵੀ ਘਟਾਇਆ ਗਿਆ, NPA ਡਾਕਟਰ ਦਾ ਘਟਾਤਾ। ਇਹ ਸਾਰੀਆਂ ਜਿਹੜੀਆਂ ਸਾਡੀਆਂ ਸਾਂਝੀਆਂ ਮੰਗਾਂ ਦੇ ਉੱਤੇ ਪਹਿਲਾਂ ਸੰਘਰਸ਼ ਚੱਲ ਰਹੇ ਨੇ ਅਤੇ ਹੁਣ ਮਿਨਿਸਟਰ ਕੈਡਰ ਦੇ ਜਿਹੜੇ ਸਕੇਲ ਘਟਾਏ ਨੇ, 3200 ਗ੍ਰੇਡ ਪੇ ਲੈ ਰਹੇ ਸੀ ਜਿਹੜੇ, ਉਹਨਾਂ ਨੂੰ 1-1 2000 ਤੋਂ 1900 ਗ੍ਰੇਡ ਪੇ ਗਿਣਦੇ ਹੋਏ ਕਹਿੰਦੇ ਪੇ ਫਿਕਸ ਕਰੋ, 2-25 ਦਾ ਫਾਰਮੂਲਾ ਲਾਇਆ ਗਿਆ, ਜਦਕਿ ਬਾਕੀ ਮੁਲਾਜ਼ਮਾਂ ਲਈ 2-69 ਦਾ ਫਾਰਮੂਲਾ ਲਾਇਆ ਗਿਆ। ਇਹਦੇ ਖਿਲਾਫ਼ ਸਾਡਾ ਸੰਘਰਸ਼ ਚੱਲ ਰਿਹਾ। ਜਾਂ ਉਹਦੇ 3.5 ਲੱਖ ਮੁਲਾਜ਼ਮ ਸੜਕਾਂ ਦੇ ਉੱਤੇ ਨੇ,
अज देख लो डॉक्टर हड़ताल कर रहे हैं, टीचर बेरोजगार, सरकार ने सारे सारे मुलाजम वर्ग का एक तरह नाल बहुत बड़ा शोषण किया है। तो इतने अज पटियाला सारा गढ़ बनया पे मुलाजम संघर्षा का, तो सरकार दी माड़ी नीतियां का नतीजा जी। नहीं डिपार्टमेंट वालों तो जोड़े विरोध चले रहे हैं, हड़ताल कीतिया जाएंगे मुलाजमान के जोड़े रिटायर्ड मुलाजम ने पंजाब साढ़े 3 लाख के करीब, तो उन्होंने नाल परिवार ने अपना पोलीटिकल संघर्ष भी तैयार करी बैठे ने भी की असी पढ़े लिखे नहीं है कि सानू नहीं सरकार चला आती। तो अच्छ मुलाजमान की सोच यह बनती जा रही है रिटायर्ड बंदे खासकर भी जे असी पढ़े लिखे अनपढ़ बंद साढ़े 4 साल मंगते हैं असी क्यों नहीं राज सत्ता काबज होंगे, अज इन्हों सरकार पलट के दिखावे इन्हों पोलीटिकल 2022 के इलेक्शन असी एक धिर वजो उभर के इन्हों दसांगे भी किवें मुलाजमान का शोषण किया जाता। पटियाला तो अमनदीप सिंह की रिपोर्ट, वधेरे खबरों लई तुसीं देखते रहो अजीत वैब टीवी। देश दुनिया दीआं ताज़ा खबरों के लिए हुणे प्ले स्टोर तो डाउनलोड करो पंजाब की आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफॉर्म के उत्ते उपलब्ध है। फेसबुक के उत्ते हुणे लाइक ते फॉलो करो अजीत दा ऑफिशियल पेज डेली अजीत, ते हां नाल ही दोस्तों नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर के उत्ते खबरों के लिए फॉलो करो डेली अजीत ते इंस्टाग्राम के उत्ते खबरों के नाल नाल वीडियो देखने के लिए फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी के उत्ते भी वेख सकते हो, ते नाल ही अजीत अखबार का डिजिटल एडिशन पढ़न के लिए डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।